ਬਲਾਕ ਕਾਂਗਰਸ ਦੇ ਮੈਂਬਰ ਵੱਲੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਅਤੇ ਹੋਰ ਮੁੱਦੇ ਨੂੰ ਲੈ ਕੇ ਮੀਟਿੰਗ, ਜਿਸ ਵਿੱਚ ਵੱਖ ਵੱਖ ਵਰਕਰਾਂ ਨੇ ਕਾਂਗਰਸ ਵਰਕਰਾਂ ਵੱਲ ਧਿਆਨ ਨਾ ਦੇਣ ਅਤੇ ਖਹਿਰਾ ਵੱਲੋਂ ਵਰਕਰਾਂ ਨਾਲ ਮੀਟਿੰਗ ਨਾ ਕਰਨ ਸੰਬੰਧੀ ਇੱਕ ਧੜੇ ਵੱਲੋਂ ਭਵਾਨੀਗੜ੍ਹ ਵਿਖੇ ਮੀਟਿੰਗ ਕੀਤੀ ਗਈ ਹੈ। ਜਿਹੜੇ ਇੱਥੇ ਪਹੁੰਚੇ ਧੰਨਵਾਦ। ਪਹਿਲੀ ਗੱਲ ਤਾਂ ਇਹ ਆ ਵੀ ਖਹਿਰਾ ਸਾਹਿਬ ਨੇ ਬਲਾਕ ਪੱਧਰ 'ਤੇ ਸਾਰੇ ਵਰਕਰਾਂ ਨੂੰ ਸਾਰਿਆਂ ਨੂੰ ਆ ਕੇ ਮਿਲਣਾ ਸੀਗਾ। ਜਿਹੜੇ ਬੰਦਿਆਂ ਨੇ ਵਿਜੇਂਦਰ ਸੇਲੇ ਦੇ ਵੇਲੇ ਜਿਹਦੇ ਮੁੰਡੇ ਨੇ ਗੋਲੀਆਂ ਚਲਾਈਆਂ ਪਰਚੇ ਕੈਂਸਲ ਕਰਵਾਏ, ਉਹ ਬੰਦੇ ਕਹਿੰਦੇ ਸਾਨੂੰ ਕਾਂਗਰਸ ਨੇ ਕੁਛ ਨਹੀਂ ਦਿੱਤਾ। ਅੱਜ ਉਹੀ ਵਰਿੰਦਰ ਪੰਨਵਾਂ ਵਰਗੇ ਚਾਰ ਬੰਦੇ ਭਵਾਨੀਗੜ੍ਹ ਬਲਾਕ ਦੇ 67 ਪਿੰਡ ਨੇ, ਉਹਨੂੰ 7 ਪਿੰਡ ਵੰਡ ਕੇ ਦੇ ਦਿਓ, ਵੋਟ ਵਧਾ ਕੇ ਦਿਖਾ ਦੇ, ਜਿਨ੍ਹਾਂ ਨੇ ਕਾਂਗਰਸ ਦਾ ਬੇੜਾ ਗਰਕ ਕਰਿਆ ਅੱਜ ਉਹ ਮੂਹਰੇ ਲੱਗੇ ਫਿਰਦੇ ਨੇ। ਮੇਰੇ ਪਿੰਡ 'ਚ ਮੈਂ ਬੈਠਾ, ਮੰਦਾ ਬਾਈ ਬੈਠਾ, ਸੱਕ ਹਰੀ ਸਿੰਘ ਸਾਡਾ ਵਿਰੋਧੀ ਹੋ ਗਿਆ, ਸਾਡੇ ਨਾਲ ਸੀਗਾ, BJP 'ਚ ਚਲਿਆ ਗਿਆ, ਸਾਡੇ ਪਿੰਡ 'ਚ ਵੋਟ ਪਵਾ ਕੇ ਦਿਖਾ ਦੇ ਵਰਿੰਦਰ ਸਾਨੂੰ। ਇਹ ਤਾਂ ਖਹਿਰਾ ਸਾਹਿਬ ਨੂੰ ਚਾਹੀਦਾ, ਅਸੀਂ ਤਾਂ ਕਾਂਗਰਸੀ ਹਾਂ, ਸਾਡੇ ਕੋਲ ਤਾਂ ਚਾਹੇ ਚਲੋ ਇਹ ਤਾਂ ਇਨਸਾਨ ਨੇ, ਸਾਡੇ ਕੋਲ ਕੋਈ ਵੀ ਆ ਜਾਏ, ਚਾਹੇ ਗਰੀਬ ਘਰ ਦਾ ਵੀ ਆ ਜਾਏ, ਅਸੀਂ ਤਾਂ ਵੋਟ ਕਾਂਗਰਸ ਨੂੰ ਪਾਉਣੀ ਆ, ਜਿੰਨਾ ਚਿਰ ਸਵਾਸ ਚੱਲਦੇ ਆ। ਪਰ ਇਹ ਬੰਦੇ ਦੇ ਨਲਾਇਕੀਆਂ ਕਾਰਨ ਕਾਂਗਰਸ ਦਾ ਨੁਕਸਾਨ ਹੋਇਆ, ਉਹੀ ਹੁਣ ਮੂਹਰੇ ਲੱਗੇ ਫਿਰਦੇ। ਇਹੀ ਗੱਲ ਅਸੀਂ ਸਿੰਗਲਾ ਸਾਹਿਬ ਨੂੰ ਵੀ ਆ ਬੈਠਿਆ, ਤੂੰ ਸਾਹਿਬ 2 ਸਾਲ ਪਹਿਲਾਂ ਇਲੈਕਸ਼ਨ ਲੜ ਤੋਂ ਕਹਿੰਦਾ ਸੀ ਵੀ ਆਹ ਦੋ ਬੰਦੇ ਨੇ ਜਿਹੜਾ ਤਾਂ ਤੇਰਾ ਬੇੜਾ ਗਰਕ ਕਰਤਾ, ਤੂੰ ਇਹਨਾਂ ਦਾ ਖਹਿੜਾ ਛੱਡ ਦੇ। ਉਹ ਅੱਜ ਉਹੀ ਜਿਹੜੇ ਉਹਨਾਂ ਨੇ ਸੁੱਖ ਮਾਣਿਆ, ਉਹੀ ਅੱਜ ਕਹਿੰਦੇ ਨੇ ਸਾਡਾ ਕਾਂਗਰਸ ਨੇ ਕੀ ਕੀਤਾ, ਮੰਤਰੀ ਨੇ ਸਾਡਾ ਕੀ ਕੀਤਾ ਸੀ, ਉਹੀ ਅੱਜ ਖਹਿਰਾ ਸਾਹਿਬ ਦੇ ਮੂਹਰਲੀ ਕਤਾਰ 'ਚ ਨੇ। ਖਹਿਰਾ ਸਾਹਿਬ ਨੂੰ ਨਹੀਂ ਪਤਾ ਬਾਹਰੋਂ ਆਏ ਨੇ, ਪਰ ਆਪਾਂ ਨੂੰ ਤਾਂ ਪਤਾ, ਜਾਂ ਜ਼ਿਲ੍ਹਾ ਪ੍ਰਧਾਨ ਬੈਠੀ ਆ, ਬੀਬੀ ਬੈਠੀ ਆ, ਜਾਂ ਗੁਰਦੀਪ ਬੈਠਾ, ਬਲਾਕ ਪ੍ਰਧਾਨ ਤੋਂ ਤਾਂ ਪੁੱਛਿਆ ਜਾਵੇ ਵੀ ਇਨਸਾਨ ਕਿਹੋ ਜਿਹੇ ਨੇ, ਜਿਹੜੇ ਪਿੱਠ 'ਚ ਸੁਰਾਂ ਮਾਰਨ ਵਾਲੇ ਨੇ, ਉਹ ਲੋਕ ਅੱਜ ਮੂਹਰਲੀ ਕਤਾਰ 'ਚ ਨੇ। ਅਸੀਂ ਖਹਿਰਾ ਸਾਹਿਬ ਨੂੰ ਕਹਿੰਦੇ ਹਾਂ ਹਲਵੀ ਬਹੁਤ ਟਾਈਮ ਆਪਣੇ ਰਵੇ, ਜਿਹੜੇ ਬਲਾਕ ਪੱਧਰ 'ਤੇ ਤੁਸੀਂ ਆ ਕੇ ਜਿਹੜੇ ਵਰਕਰ ਸਾਹਿਬਾਨ ਨੇ ਉਹਨਾਂ ਨੂੰ ਮਿਲੋ, ਨਾ ਕਿ ਪਾਰਟੀ ਦਾ ਨੁਕਸਾਨ ਕੀਤਾ ਜਾਵੇ। ਜਦ ਤੱਕ ਵੋਟਾਂ ਨਹੀਂ ਪੈਂਦੀਆਂ, ਜਦੋਂ ਪਿੰਡਾਂ 'ਚ ਵਰਕਰ ਜਾਇਆ ਕਰਨਗੇ, ਜਦ ਕੈਂਡੀਡੇਟ ਜਾਇਆ ਕਰੂਗਾ, ਉਦੋਂ ਲੱਡੂ ਵੰਡਿਆ ਕਰਾਂਗੇ। ਕਿਸੇ ਨੇ ਮੂਵ ਨਹੀਂ ਕਰਨਾ, ਲੱਡੂ ਅਗਨੀ ਕਿਸੇ ਨੇ ਮੂਵ ਨਹੀਂ ਕਰਨਾ ਭਰਾਵੋ। 50 ਕਿਲੋ ਚੀਨੀ ਲੱਗਦੀ ਇੱਕ ਕੜਾਹੇ ਤੇ, 18 ਕਿਲੋ ਬੇਸਣ ਲੱਗਦਾ, ਸਮਝ ਗਿਆ, 1000 ਰੁਪਇਆ ਹਲਵਾਈ ਲੈਂਦਾ ਇੱਕ ਲੱਗਦਾ ਪੂਰਾ ਸਿਲੰਡਰ। ਕਿਸੇ ਨੇ ਅੰਗੂਠਾ ਨਹੀਂ ਕਰਨਾ, ਲੱਡੂ ਅਗਨੀ ਤਾਂ ਇਹ ਤਾਂ ਆਉਂਦੇ ਕੰਨੀ ਫਿਰਦੇ ਨੇ। ਕੋਈ ਕਹਿੰਦਾ ਫਿਰ ਸਰਪੰਚ ਬਣਾਓ, ਮੈਂ ਚੁਗਲੀਆਂ ਕਰਕੇ ਨਾ ਸਿੰਗਲਾ ਸਾਹਿਬ, ਆਹ ਪਿਆਰਾ ਦਾ ਬਹੁਤ ਮਾੜਾ, ਇਹਦੇ ਗੱਲ ਵੋਟ ਵਾਟ ਕੋਈ ਨੀ ਹੈਗੀ, ਮੇਰੇ ਗੱਲ ਵੋਟਾਂ ਨੇ। ਉਹ ਇੱਥੇ ਪਿਆਰਾ ਬੈਠਾ ਲੰਗਲਾ ਬੰਦਾ ਢਿੱਲਾ, ਉਹ ਬੈਠੇ ਸਾਡੇ ਪਿੰਡ ਦੇ ਪੰਚ, ਆ ਪੁੱਛ ਲਓ ਕਿਹੜਾ ਖਰਚਾ ਕਰਦਾ ਸੀ। ਤੁਸੀਂ ਆਪਣੇ ਆਪਣੇ ਪਿੰਡਾਂ 'ਤੇ ਆਪ ਖਰਚੇ ਕਰੋਗੇ, ਤੁਸੀਂ ਵੋਟਾਂ ਪਾਓਗੇ, ਪਰ ਪਹਿਲਾਂ ਸਿੰਗਲਾ ਖਹਿਰਾ ਸਾਹਿਬ ਨੂੰ ਇਹ ਗੱਲ ਪੁੱਛੋ ਵੀ ਤੁਸੀਂ ਪਹਿਲਾਂ ਉਹਨਾਂ ਨਾਲ ਚੁਗਦੀਆਂ ਵਾਲਿਆਂ ਨਾਲ, ਜਿਹਨਾਂ ਨਾਲ ਮੀਟਿੰਗ ਕਰੀ, ਉਹਨਾਂ ਨੂੰ ਰੱਖ ਲਓ ਇੱਕ ਪਾਸੇ ਸਾਡੇ ਬਲਾਕ ਦਾ ਇਕੱਠ ਕਰ ਲਓ। ਇਹ ਗੱਲਾਂ ਐਂ ਨਹੀਂ ਹੁੰਦੀਆਂ ਜਿਵੇਂ ਉਹ ਕਰਦੇ ਨੇ। ਪਹਿਲਾਂ ਸਾਨੂੰ ਜਿਹੜਾ ਵੀ ਕਰਿਆ ਕੰਮ ਸਾਡੇ ਨਾਲ ਪਿੱਛੇ ਹੋਇਆ 10-15 ਸਾਲਾਂ ਤੋਂ ਲੈ ਕੇ ਹੁੰਦਾ ਰਿਹਾ, ਉਹ ਹੁਣ ਨਾ ਕਰੋ। ਹੁਣ ਜਿਹੜਾ ਹੋ ਰਿਹਾ ਕੰਮ ਇਹ ਗਲਤ ਹੋ ਰਿਹਾ, ਅੱਡ ਅੱਡ ਪਾਰਟੀ ਕਰ ਰਹੇ ਨੇ, ਇੱਕ ਪਾਸੇ ਉਹ ਧੜਾ ਇੱਕ ਪਾਸੇ ਉਹ ਧੜਾ, ਇਹ ਧੜੇਬਾਜ਼ੀ ਨਹੀਂ ਚੱਲਣਾ। ਆਪਣਾ ਕੈਂਡੀਡੇਟ ਬਹੁਤ ਵਧੀਆ, ਕੈਂਡੀਡੇਟ ਆਪਣਾ 1 ਨੰਬਰ ਹੈ, ਪਰ ਗੱਲ ਕਰੋ ਪਾਰਟੀਬਾਜ਼ੀ ਖਤਮ ਕਰ ਰਹੀ ਹੈ ਉਹਨਾਂ ਨੇ। ਕੋਈ ਇੱਧਰ ਧੱਕੀ ਫਿਰਦਾ ਉਹਨਾਂ ਨੂੰ, ਕੋਈ ਇੱਧਰ ਧੱਕੀ ਫਿਰਦਾ। ਪਾਵਰ ਦੇ ਦਿੱਤੀ ਸਿੰਗਲਾ ਸਾਹਿਬ ਨੇ ਵੀ ਪਾਵਰ, ਵਰਿੰਦਰ ਪੰਨਵਾ, ਵਰਿੰਦਰ ਪੰਨਵੀ ਹੁੰਦੀ ਵੀ ਹਰੇਕ ਥਾਵੇਂ। ਪਹਿਲਾਂ ਤੁਸੀਂ ਐਂ ਦੱਸੋ ਵੋਟਾਂ ਦਾ ਪਿੰਡ 'ਚ ਪਵਾਉਂਦੇ ਹੋ ਤੁਸੀਂ, ਫਿਰ ਹੁਣ ਤੁਸੀਂ ਪੰਨਵੀ ਜਾਂਦੇ ਕੰਮ ਕਰਾਉਣ, ਜਾਂ ਫਿਰ ਗੱਡੀਆਂ ਜਾਂਦੀਆਂ ਆਪਣੀ ਨਮਾਜ਼ੇ। ਹੁਣ ਸਾਨੂੰ ਇਹ ਗੱਲ ਪਹਿਲੀ ਦੱਸ ਦਿਓ ਵੀ ਤੁਸੀਂ ਸਾਡੇ ਸਭ ਤੋਂ ਕੰਮ ਲੈਣਾ, ਸਾਨੂੰ ਸਿੱਧਾ ਕੰਮ ਦਿਓਗੇ, ਜਾਂ ਤੁਸੀਂ ਆਪਣਾ ਉੱਥੋਂ ਲਿਆਉਂਗੇ ਭਲੱਥ ਤੋਂ ਬੰਦੇ, ਬਿਊਰੀ ਵਾਲਾ ਬੰਦਾ ਤੁਹਾਡੇ ਕੋਲ ਪਸੰਦ ਆਊਗਾ। ਗੋਗੀ ਵਰਗੇ ਬੈਠੇ ਨੇ ਵਿਚਾਰੇ, ਮੈਨੂੰ ਐਂ ਲੱਗਦਾ ਹੈ ਸਾਰੀ ਸਰਕਾਰ ਲੰਘੀ ਇਹ ਮੈਂ ਅੱਜ ਦੇਖਿਆ। ਕਾਂਗਰਸੀ ਵਰਕਰ ਇਕੱਠੇ ਹੋਏ ਨੇ, ਜਿਹੜੀਆਂ ਚੋਣਾਂ ਰਹੀਆਂ ਨੇ 2024 ਦੀਆਂ ਲੋਕ ਸਭਾ ਚੋਣਾਂ, ਸਾਡੇ ਕੈਂਡੀਡੇਟ ਸੁਖਪਾਲ ਸਿੰਘ ਖਹਿਰਾ ਬਣਾਏ ਹੋਏ ਨੇ, ਉਹਨਾਂ ਦੇ ਵਿਸ਼ੇ 'ਤੇ ਵੋਟਾਂ ਵਾਸਤੇ ਜਿਹੜਾ ਹੁਣ ਸਮਾਂ ਬਹੁਤ ਜ਼ਿਆਦਾ ਨਜ਼ਦੀਕ ਆ ਰਿਹਾ, ਟਿਕਟ 900 ਚੁੱਕੀ ਹੈ, ਘਰ ਘਰ ਜਾਵਾਂਗੇ ਜੀ, ਵੋਟਾਂ ਮੰਗਾਂਗੇ,
ਉਸ ਵਰਕਰ ਥੋੜ੍ਹੇ ਜਿਹੇ ਨਾਰਾਜ਼ ਅਤੇ ਪਹਿਲਾਂ ਕੋਈ ਉਹ ਨਹੀਂ ਹੋਇਆ, ਕਮਿਊਨੀਕੇਸ਼ਨ ਨਹੀਂ ਹੋਇਆ। ਖਹਿਰਾ ਸਾਹਿਬ ਹਜੇ ਭਵਾਨੀਗੜ੍ਹ ਆਏ ਨਹੀਂ, ਕੋਈ ਮੀਟਿੰਗ ਨਹੀਂ ਹੋਈ। ਉਹ ਮਾੜੇ ਮੋਟੇ ਮੁੱਦੇ 'ਤੇ ਜੀ ਉਹ ਸਾਰੇ ਉਹ ਕਰੇ ਨੇ ਵਿੱਚ। ਸਾਨੂੰ ਤਾਂ ਇਹ ਲੱਗਿਆ ਵੀ ਵਰਕਰਾਂ ਦੇ ਵਿੱਚ ਬਹੁਤ ਬੜੀ ਨਿਰਾਸ਼ ਹੈ ਸੁਖਪਾਲ ਸਿੰਘ ਖਹਿਰਾ, ਜਿਹੜੇ ਨਿਚਲੇ ਪੱਧਰ 'ਤੇ ਮੈਨੂੰ ਲੱਗਦਾ ਵੀ ਵਰਕਰਾਂ ਵਾਲੇ ਗਰਾਊਂਡ ਤੱਕ ਨਹੀਂ ਜੁੜ ਸਕੇ, ਕਿਵੇਂ ਦੇਖਦੇ? ਨਹੀਂ ਜੀ, ਐਡੀ ਗੱਲ ਨਹੀਂ। ਸੁਖਪਾਲ ਸਿੰਘ ਖਹਿਰਾ ਵੀ ਆਉਣਗੇ, ਵਰਕਰ ਵੀ ਸਾਡੇ ਨਾਲ ਚੱਲਣਗੇ ਨਾਲੇ ਨੇ। ਹੁਣ ਅੱਜ ਸਾਰੇ ਕਾਂਗਰਸੀ ਵਰਕਰ 'ਤੇ ਇੱਕ ਪਰਿਵਾਰਕ ਮਿਲਣੀ ਹੋਈ ਹੈ ਇਹ।